हाँ जी जी ਤੁਹਾਡਾ एम के ब्लॉग चैनल ਤੇ बहुत बहुत स्वागत किया जाता। तो अज आप ਤੁਹਾਡੇ ਲਈ ਵਲੌਗ ਲੈ ਕੇ ਆਏ ਆਂ। ਅੱਜ ਆਪਾਂ ਵਿੰਟਸਰ ਦੀ ਜੈਕਸਨ ਪਾਰਕ ਦੇ ਵਿੱਚ ਆਏ ਆਂ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਇੱਥੇ ਦੀ ਬਹੁਤ ਹੀ ਖੂਬਸੂਰਤ ਪਾਰਕ ਆ। ਤੇ ਇਹ ਹਰ ਸਾਲ ਪਾਰਕ ਨੂੰ ਕ੍ਰਿਸਮਸ ਤੇ ਬਹੁਤ ਲਾਈਟਾਂ ਨਾਲ ਸਜਾਇਆ ਜਾਂਦਾ। ਤੇ ਅੱਜ ਆਪਣਾ ਹੈਗਾ 25 ਦਸੰਬਰ ਤੇ ਅੱਜ ਤੁਹਾਨੂੰ ਆਪਾਂ ਦਿਖਾਉਂਦੇ ਆਂ ਵਿੰਟਸਰ ਦੀ ਜੈਕਸਨ ਪਾਰਕ। ਤੁਸੀਂ ਬਾਕੀ ਮੇਰੇ ਬੈਕਗ੍ਰਾਉਂਡ ਤੇ ਤੁਸੀਂ ਪਿੱਛੇ ਦੇਖ ਸਕਦੇ ਆ ਕਿੰਨਾ ਪਾਰਕ ਨੂੰ ਸਜਾਇਆ ਗਿਆ। ਬਾਕੀ ਚਲੋ ਹੁਣ ਤੁਹਾਨੂੰ ਦਿਖਾਉਂਦੇ ਆ ਨਾਲੇ ਵਲੌਗ ਸ਼ੁਰੂ ਕਰਦੇ ਆ। ਹਾਂਜੀ ਅੱਜ ਸਾਡੇ ਨਾਲ ਆ ਸਿਮਰਨਜੀਤ ਸਿੰਘ ਜੀ ਹਰਦੁਆਰ ਵਾਲੇ। ਹਾਂਜੀ ਸਿਮਰਨਜੀਤ ਸਿੰਘ ਜੀ ਆਪਣਾ ਇੰਟਰੋਡਕਸ਼ਨ ਦਿਓ ਫਿਰ ਦਰਸ਼ਕਾਂ ਨੂੰ। ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਆਪਾਂ ਆਏ ਆ ਜੈਕਸਨ ਪਾਰਕ ਤੇ ਤੁਹਾਨੂੰ ਦਿਖਾਉਂਦੇ ਆ ਓਵਰਵਿਊ ਤੇ ਜੁੜੇ ਰਹੋ ਸਾਡੇ ਨਾਲ। ਹਾਂਜੀ ਚਲੋ ਤੁਹਾਨੂੰ ਨਾਲ ਨਾਲ ਚੱਲਦੇ ਆ ਤੇ ਨਾਲ ਨਾਲ ਤੁਹਾਨੂੰ ਪਾਰਕ ਦਿਖਾਉਂਦੇ ਆ ਜੈਕਸਨ ਪਾਰਕ ਵਿੰਡਸਰ ਦੀ। ਜੈਕਸਨ ਪਾਰਕ 'ਚ ਹਰ ਸਾਲ ਇੱਦਾਂ ਹੀ ਬਹੁਤ ਸਾਰੀਆਂ ਲੜੀਆਂ ਦੇ ਨਾਲ ਸਜਾਇਆ ਜਾਂਦਾ ਆ ਕ੍ਰਿਸਮਸ ਤੇ। ਤੇ ਕਾਫੀ ਮਹੀਨਾ 2 ਮਹੀਨੇ ਪਹਿਲਾਂ ਤਿਆਰੀ ਜੀ ਸ਼ੁਰੂ ਹੋ ਜਾਂਦੀ ਆ। ਬਾਕੀ ਤੁਸੀਂ ਬੈਕਗ੍ਰਾਉਂਡ ਤੇ ਸਾਡੇ ਦੇਖ ਸਕਦੇ ਆ ਕਿੰਨੀਆਂ ਲਾਈਟਾਂ ਵਗੈਰਾ ਲੱਗੀਆਂ। ਤੇ ਬਾਕੀ ਚਲੋ ਹੁਣ ਵਲੌਗ ਸ਼ੁਰੂ ਕਰਦੇ ਆ ਨਾਲ ਨਾਲ ਅੱਗੇ ਤੁਹਾਨੂੰ ਲਾਈਟਾਂ ਦਿਖਾਉਂਦੇ ਆ ਪਾਰਕ ਦੀ ਤੁਹਾਨੂੰ ਸੈਰ ਕਰਾਉਂਦੇ ਆ। ਹਾਂਜੀ ਫੋਟੋਗ੍ਰਾਫੀ ਚੱਲਦੀ ਹੋਈ ਸਿਮਰਨਜੀਤ ਸਿੰਘ ਜੀ ਕਹਿੰਦੇ 2-4 ਫੋਟੋਆਂ ਖਿੱਚ ਦਿਓ ਸਾਡੀਆਂ। ਬਾਕੀ ਤੁਹਾਨੂੰ ਆਪਾਂ ਬੈਕਗ੍ਰਾਉਂਡ ਤੇ ਦਿਖਾਉਂਦੇ ਆ। ਆ ਇੱਥੇ ਦਾ ਟ੍ਰੀ ਸਜਾਇਆ ਗਿਆ ਬਹੁਤ ਵੱਡਾ। ਆ ਤੁਸੀਂ ਦੇਖ ਸਕਦੇ ਆ ਜੀ ਵੈਸੇ ਕੈਮਰੇ 'ਚ ਇੰਨਾ ਵਧੀਆ ਸ਼ਾਇਦ ਨਹੀਂ ਆਉਂਦਾ ਹੋਵੇ ਬਟ ਇਹ ਦਰਖਤ ਜਿੱਦਾਂ ਅਸੀਂ ਐਕਚੁਅਲ 'ਚ ਦੇਖਦੇ ਹਾਂ ਰੀਅਲ ਨਾਲ ਅੱਖਾਂ ਨਾਲ ਤਾਂ ਇੱਦਾਂ ਹੀ ਲੱਗਦਾ ਜਿਵੇਂ ਸਨੋ ਮਤਲਬ ਪਈ ਹੋਵੇ ਦਰਖਤ 'ਤੇ ਪ੍ਰੋਪਰ। ਆ ਜਾਓ ਸਿਮਰਨ ਜੀ ਮੁਰੇ ਤੁਹਾਡੀ ਵੀਡੀਓ ਬਣਾ ਦਈਏ। ਮੇਰੀ ਤਾਂ ਵੈਸੀ ਫੋਟੋ ਨਹੀਂ ਵਧੀਆ ਆ ਰਹੀ ਹੁਣ। ਤੇ ਤੁਸੀਂ ਦੇਖ ਸਕਦੇ ਹੋ ਜੀ ਸਾਰਿਆਂ ਨੂੰ ਆਲਰੇਡੀ ਅਨਾਉਂਸਮੈਂਟ ਹੋ ਚੁੱਕੀ ਹੈ। ਠੰਡ ਵੀ ਬਹੁਤ ਆ ਤੇ ਕਿੰਨਾ ਟੈਂਪਰੇਚਰ ਅੱਜ? ਅੱਜ -4 ਆ। ਅੱਜ -4 ਟੈਂਪਰੇਚਰ ਆ ਬਟ ਅੱਜ ਸਨੋ ਨਹੀਂ ਪਈ ਹੈਗੀ ਤੇ ਗੋਰੇ ਇਸ ਗੱਲ ਤੋਂ ਕਾਫੀ ਉਦਾਸ ਆ ਕਿਉਂਕਿ ਉਹ ਕ੍ਰਿਸਮਸ ਤੇ ਚਾਹੁੰਦੇ ਹੁੰਦੇ ਆ ਕਿ ਸਨੋ ਪਵੇ ਹਨਾ। ਹਾਂਜੀ ਹਾਂਜੀ ਤੇ ਬਾਕੀ ਇਦਾਂ ਆ ਕਿ ਅਨਾਉਂਸਮੈਂਟ ਹੋ ਗਈ ਆ ਪਾਰਕ 10 ਵਜੇ ਬੰਦ ਕਰ ਦਿੰਦੇ ਆ ਮਤਲਬ ਲਾਈਟਾਂ ਵਗੈਰਾ ਬੰਦ ਕਰ ਦਿੰਦੇ ਆ ਤੇ ਹੁਣ 9:30 ਹੋ ਚੁੱਕਿਆ ਤੇ ਅਨਾਉਂਸਮੈਂਟ ਹੋ ਚੁੱਕੀ ਆ ਰਾਤ ਦੀ ਤੇ ਬਾਕੀ ਸਾਡੇ ਨਾਲ ਹਾਂ ਬਾਕੀ ਛੇਤੀ ਛੇਤੀ ਆਪਾਂ ਹੋਰ ਵੀ ਕਰਦੇ ਆ। ਹਾਂਜੀ ਹਾਂਜੀ ਸਿਮਰਨ ਸਿੰਘ ਜੀ ਬੋਲੋ ਬੋਲੋ ਆ ਜਾਓ ਜੁਆਇਨ ਕਰੋ ਸਾਨੂੰ। ਜੁਆਇਨ ਤਾਂ ਉਹਨੇ ਕੀਤਾ ਹੀ ਹੋਇਆ ਬਾਕੀ ਚਲੋ ਤੁਹਾਨੂੰ ਦਿਖਾਉਂਦੇ ਆ ਲਾਈਟਾਂ ਬਾਕੀ ਤੁਸੀਂ ਪਿੱਛੇ ਦੇਖ ਸਕਦੇ ਸਾਡੇ ਕਿੰਨਾ ਵਧੀਆ ਲੱਗ ਰਿਹਾ ਬਾਕੀ ਤੁਹਾਨੂੰ ਦਿਖਾਉਂਦੇ ਆ। ਵਾਹ ਸਿਮਰਨ ਸਿੰਘ ਜੀ ਤੁਸੀਂ ਆ ਦੇਖ ਸਕਦੇ ਹੋ ਤੁਸੀਂ ਸਿਮਰਨਜੀਤ ਸਿੰਘ ਜੀ ਨੂੰ ਕਿੰਨਾ ਚਾਅ ਆਇਆ ਕਹਿੰਦੇ ਫੋਟੋ ਖਿੱਚ ਦਿਓ ਖੜ ਗਿਆ ਜਾ ਕੇ। Thank you.
दस रहा कि इन्हों दियां गड्डियां पार्किंग च लगियां कढ लैन कि गेट वगैरह लॉक करन लगे आ। गोरा अनाउंसमेंट कर रहा है, बाकी असीं देख सकते हैं व्यू। बाकी आप दूजी पार्किंग च अपनी कार लाई हुई है, सो साढ़े को टाइम हैगा हजे, आप जो 10-15 मिनट होर आप रह सकते हैं। अनाउंसमेंट हो गई है, लास्ट 10 मिनट रह गए, सो बाकी जिन्ना तुम दिखा सकते आप दिखाने। लास्ट 10 मिनट आज तुम तीजी तीजी ना जिन्ना दिखा सकते हैं दर्शकों। दूरदर्शन का चैनल आ बहुत ज़्यादा सी तो आप जप जुप लगा ली है जैकेट की। बाकी अपने लास्ट 5 मिनट रह गए, लाइटा बस बंद होने वाली आई 5 मिनट के। बाकी चलो जिदा भी आप दिखा सकते हैं वीडियो दिखाते हैं। बाकी हाँ जी तुम देख सकते हैं सारी पार्किंग ऑलमोस्ट खाली हो गई है, सिर्फ 2 मिनट बाकी ने पार्क क्लोज होने के। पार्क तो एक्चुअली खुली रहनी है, लाइटा वगैरह बंद कर देंगे ये, सो 2 मिनट बाकी ने तो लाइटा वगैरह बंद हो जाएं। तो बाकी तुसी देख भी सकते हो पार्क वगैरह काफ़ी शांत हो गई है, सारे लोग अपने अपने घरों जा रहे हैं। तो बस आप भी चलने घर हूँ एंड करके वीडियो का। बाकी चलो तुम दिखाने एक लास्ट व्यू लाइटा बंद होने तक का। लो जी अनाउंसमेंट हो गई है, देख लो सिक्योरिटी गार्ड कह रहा जाओ घर में, लाइटा वगैरह बंद करती हैं, बाकी भी जड़ियाँ जल रही भी बंद कर देनिया। कुछ क जगदियाँ रहन देंगे, बाकी जड़ियाँ जिदा ज़्यादा लाइट कंज्यूम कर दी है ना, जिदा तो तुम देख सकते हैं बंद हो गई। बाकी हम सिक्योरिटी गार्ड कहें भी एग्जिट करो भी, लाइटा वगैरह बंद हो गई हैं। तो आ देख रहे हैं सारे जा रहे गोरे वगैरह अपने पंजाबी गोरे सारे घर। आ हैगी आ ब्राइट स्विंसर लाइट्स, तो इन्होंने जंक्शन पार्क के सारी सजावट की है। तो बाकी तुम देख रहे हैं बाकी पार्क सारी खाली हो चुकी है। तो बस तो अज का ब्लॉग भी इतने ही फिर एंड करते हैं। बाकी तुम देख सकते हैं पार्किंग वगैरह खाली हो चुकी है, तो आप भी अपनी गड्डी को पहुँच चुके हैं। तो बस चलिए तो कुछ खाने पीने तो फिर जाने घर, टाइम भी बहुत हो गया।